ਔਜਲਾ ਨੇ ਅਨਾਉਂਸ ਕੀਤਾ ਆਪਣਾ ਵਰਲਡ ਟੂਰ। ਜੀ ਹਾਂ, ਰੀਸੈਂਟਲੀ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਅਪਡੇਟ ਸਾਹਮਣੇ ਆਈ ਹੈ ਕਿ ਕਰਨ ਔਜਲਾ ਦੇ ਵੱਲੋਂ ਆਪਣਾ ਟੂਰ ਅਨਾਉਂਸ ਕੀਤਾ ਗਿਆ ਹੈ। ਫਾਈਨਲੀ ਇਸ ਟੂਰ ਦੇ ਦੌਰਾਨ ਕਰਨ ਔਜਲਾ ਪੰਜਾਬ ਵੀ ਆਉਣ ਵਾਲੇ ਨੇ, ਚੰਡੀਗੜ੍ਹ ਵੀ ਆਉਣ ਵਾਲੇ ਨੇ। ਦੱਸਦੀਏ ਕਿ ਉਹਨਾਂ ਦਾ ਲਾਈਵ ਸ਼ੋਅ ਇੱਕ ਚੰਡੀਗੜ੍ਹ ਦੇ ਵਿੱਚ ਵੀ ਹੋਣ ਵਾਲਾ ਹੈ, ਜਿੱਥੇ ਕਿ ਕਰਨ ਔਜਲਾ ਪਰਫਾਰਮ ਕਰਨਗੇ। ਤੇ ਇਸ ਦੇ ਨਾਲ ਹੀ ਉਹਨਾਂ ਨੇ ਇੰਡੀਆ ਟੂਰ ਦੀਆਂ ਡੇਟਸ ਵੀ ਸਾਂਝਾ ਕੀਤੀਆਂ ਨੇ। ਰੀਸੈਂਟਲੀ ਇੱਕ ਸਟੋਰੀ ਸਾਂਝੀ ਕਰਦੇ ਹੋਏ ਕਰਨ ਔਜਲਾ ਲਿਖਦੇ ਨੇ, ਆਈ ਐਮ ਫਾਈਨਲੀ ਕਮਿੰਗ ਹੋਮ। ਟਿਕਟਸ ਗੋਨ ਲਾਈਵ ਔਨ 23rd July at 12 PM IST. It was all a dream. Karan Aujla, the India tour, Saturday 7 December Chandigarh, Friday 13 December Bangalore, Sunday 15 December Delhi NCR, Saturday 21st December Mumbai. It's go live on 23rd July at 12 PM IST on Book My Show. So Karan Aujla de is tour da naam hai It was all a dream. Te is de vich Karan Aujla India diyan char big cities de vich perform karange, Chandigarh, Delhi, Bangalore and Mumbai. ਜਿਸ ਦੀਆਂ ਟਿਕਟਸ ਵੀ ਲਾਈਵ ਹੋ ਚੁੱਕੀਆਂ ਨੇ, ਬੁੱਕ ਮਾਈ ਸ਼ੋਅ ਤੇ ਅਵੇਲੇਬਲ ਹੋ ਚੁੱਕੀਆਂ ਨੇ। ਕਰਨ ਔਜਲਾ ਦੇ ਫੈਨਸ ਦੇ ਲਈ ਇਹ ਕਾਫੀ ਖਾਸ ਗੱਲ ਹੈ, ਕਾਫੀ ਚੰਗੀ ਗੱਲ ਹੈ, ਕਾਫੀ ਸਪੈਸ਼ਲ ਅਪਡੇਟ ਹੈ। ਤੇ ਨਾਲ ਹੀ ਦੱਸਦੀਏ ਕਿ ਮੀਡੀਆ ਰਿਪੋਰਟਸ ਦੇ ਅਕੋਰਡਿੰਗ ਕਰਨ ਔਜਲਾ ਨੇ ਇਸ ਟੂਰ ਨੂੰ ਅਨਾਉਂਸ ਕਰਨ ਦੀ, ਇਸ ਵਰਲਡ ਟੂਰ ਦੇ ਲਈ ਜੋ ਕਿ ਉਹ ਇੰਡੀਆ ਤੋਂ ਇਲਾਵਾ ਵੀ ਕਈ ਸਾਰੀਆਂ ਕੰਟਰੀਜ਼ ਦੇ ਵਿੱਚ ਪਰਫਾਰਮ ਕਰਨ ਵਾਲੇ ਨੇ, ਇਸ ਦੀ 15 crore ਤੋਂ ਵੀ ਵੱਧ ਦੀ ਫੀਸ ਚਾਰਜ ਕੀਤੀ ਹੈ। ਸੋ ਅਜਿਹਾ ਕਿਹਾ ਜਾ ਰਿਹਾ ਹੈ ਕਰਨ ਔਜਲਾ ਨੇ ਇਸ ਦੇ ਲਈ $2 million ਦੀ ਫੀਸ ਚਾਰਜ ਕੀਤੀ ਹੈ, ਜੋ ਕਿ ਇੰਡੀਅਨ ਰੁਪੀਸ ਦੇ ਹਿਸਾਬ ਨਾਲ ਲਗਭਗ 15 crore ਤੋਂ ਵੀ ਵੱਧ ਦੀ ਰਕਮ ਬਣਦੀ ਹੈ। ਸੋ ਕਰਨ ਔਜਲਾ ਆਪਣੇ ਫੈਨਸ ਦੇ ਲਈ ਹਮੇਸ਼ਾ ਹੀ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਰਹੇ ਨੇ। ਕਰਨ ਔਜਲਾ ਨੇ ਵੱਖ ਵੱਖ ਲਾਈਵ ਸ਼ੋਅਜ਼ ਦੇ ਦੌਰਾਨ ਵੀ ਆਪਣੇ ਦਰਸ਼ਕਾਂ ਨੂੰ ਕਾਫੀ ਇੰਪ੍ਰੈਸ ਕੀਤਾ। ਇਸ ਵਾਰ ਉਹਨਾਂ ਦੇ ਲਾਈਵ ਸ਼ੋਅ ਦੇ ਟੂਰ ਦਾ ਨਾਮ ਹੈ ਇਟ ਵਾਜ ਆਲ ਅ ਡ੍ਰੀਮ, ਜਿਸ ਦੌਰਾਨ ਕਰਨ ਔਜਲਾ ਇੰਡੀਆ ਵੀ ਆਉਣ ਵਾਲੇ ਨੇ ਤੇ 4 cities ਦੇ ਵਿੱਚ ਪਰਫਾਰਮ ਕਰਨਗੇ। ਇਸ ਤੋਂ ਇਲਾਵਾ ਹੋਰ ਵੀ ਵੱਖ ਵੱਖ ਕੰਟਰੀਜ਼ ਦੇ ਵਿੱਚ ਕਰਨ ਔਜਲਾ ਦੇ ਵੱਲੋਂ ਪਰਫਾਰਮ ਕੀਤਾ ਜਾਣ ਵਾਲਾ। ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਏਰੀਆ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਕਰਨ ਔਜਲਾ ਦੇ ਇਸ ਅਚੀਵਮੈਂਟ ਦੇ ਲਈ, ਕਰਨ ਔਜਲਾ ਦੇ ਇਸ ਟੂਰ ਦੇ ਲਈ ਕਿੰਨੇ ਐਕਸਾਈਟਿਡ ਹੋ ਕਮੈਂਟਸ 'ਚ ਸ਼ੇਅਰ ਕਰ ਸਕਦੇ ਹੋ। ਕਰਨ ਔਜਲਾ ਦੇ ਇਸ ਟੂਰ ਨੂੰ ਦੇਖਣ ਦੇ ਲਈ ਕਿੰਨੇ ਐਕਸਾਈਟਿਡ ਹੋ ਇਹ ਵੀ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਣਾ। ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟਸ, ਵੀਡੀਓਜ਼ ਤੇ ਇੰਟਰਵਿਊਜ਼ ਦੇ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।